ਵੀਰ ਕਾ ਜੀ ਬੇਅਦਮੀ ਮਾਮਲੇ 'ਚ ਸੁਪਰੀਮ ਕੋਰਟ ਦਾ ਜੋ ਫੈਸਲਾ ਆਇਆ ਹੈ ਔਰ ਤੁਸੀਂ ਕੀ ਕਰਨਾ ਚਾਹੋਗੇ ਬਈ ਹਾਈ ਕੋਰਟ ਨੇ ਜਿਹੜਾ ਆਦੇਸ਼ ਦਿੱਤਾ ਕਿ ਇਹ ਜਿਹੜੀਆਂ ਸੀਬੀਆਈ ਦੇ ਕੋਲ ਇਨਵੈਸਟੀਗੇਸ਼ਨ ਦੀਆਂ ਫਾਈਲਾਂ ਆ ਉਹ ਤੁਰੰਤ ਪੰਜਾਬ ਪੁਲਿਸ ਨੂੰ ਸੋਪੇ ਲੇਕਿਨ ਇਹ ਸੀਬੀਆਈ ਅਜੇ ਵੀ ਇਨਕਾਰ ਕਰ ਰਹੀ ਹੈ ਆ ਟਾਲ ਮਟੋਲ ਕਰ ਰਹੀ ਹੈ ਵੀ ਸੀਬੀਆਈ ਦੇ ਕੋਲ ਕੀ ਅਧਿਕਾਰ ਹੈ ਪਹਿਲੇ ਤੁਸੀਂ ਇਸ ਕੇਸ ਨੂੰ ਫਾਈਲ ਕਰ ਦਿੱਤਾ ਤੇ ਤੁਸੀਂ ਕਿਹਾ ਜੀ ਕੋਈ ਦੋਚੀ ਹੈ ਹੀ ਨਹੀਂ ਤੇ ਤੁਹਾਡੇ ਕੋਲ ਕੀ ਅਧਿਕਾਰ ਰਹਿ ਜਾਂਦਾ ਹੈ ਔਰ ਮੁਜਰਮਾਂ ਨੂੰ ਬਚਾਉਣ ਵਾਸਤੇ ਇਹ ਕੇਂਦਰ ਦੀ ਸਰਕਾਰ ਸੀਬੀਆਈ ਦਾ ਇਸਤੇਮਾਲ ਕਰ ਰਹੀ ਸੀ ਔਰ ਹੁਣ ਹਾਈ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤਾ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਜਿੰਨੇ ਵੀ ਮੁਜਰਮ ਹੈ ਸਾਰੇ ਹੁਣ ਸਲਾਖਾਂ ਦੇ ਪਿੱਛੇ ਹੋਣਗੇ ਇਹ ਕੇਸ ਫਾਸਟ ਟਰੈਕ ਤੇ ਚੱਲ ਗਿਆ ਚਾਹੇ ਹਾਈ ਕੋਰਟ ਨੇ ਕਿਹਾ ਕਿ ਡੀਆਈਜੀ ਰਣਵੀਰ ਖੱਟਰ ਨੂੰ ਬਦਲੋ ਉਹ ਬਦਲ ਦਿੱਤਾ ਗਿਆ ਕੁਝ ਲੋਕਾਂ ਨੂੰ ਇਹ ਜਿਹੜਾ ਸਸਪੈਂਡ ਕੀਤਾ ਗਿਆ ਐਸਪੀ ਉਹ ਡੀਐਸਪੀਆ ਨੂੰ ਔਰ ਇਹ ਫਾਸਟ ਟਰੈਕ ਦੇ ਵਿੱਚ ਕੇਸ ਚਲੇਗਾ ਜਿੰਨੇ ਵੀ ਮੁਜਰੀਮ ਹੈ ਜਲਦੀ ਇਸਲਾਕਾਂ ਦੇ ਪਿੱਛੇ ਹੋਣਗੇ ਤੇ ਵੱਡੇ ਵੱਡੇ ਜਿਹੜੇ ਲੋਗ ਹੈ ਮਗਰਮੱਚ ਉਹ ਵੀ ਜਲਦੀ ਤੁਸੀਂ ਦੇਖੇਗੇ ਜਿਹੜੇ ਸਫੇਦ ਪੋਸ਼ ਹੈ ਸਫੇਦ ਪੋਲੀਟੀਸ਼ਨ ਆਪਣੇ ਆਪ ਨੂੰ ਕਹਿੰਦੇ ਆ ਉਹ ਵੀ ਇਸਲਾਕਾਂ ਦੇ ਪਿੱਛੇ ਜਲਦੀ ਹੋਣਗੇ